ਜਿਸ ਤਰ੍ਹਾਂ ਪਹਿਲਾਂ ਤੋਂ ਹੀ 7 ਜਨਵਰੀ ਨੂੰ ਬਾਬਾ ਜੀ ਦੀ ਬਰਸੀ ਬੜੇ ਧੂਮਧਾਮ ਨਾਲ ਮਨਾਈ ਜਾਂਦੀ ਹੈ, ਇਸ ਸਾਲ ਵੀ ਬਾਬਾ ਜੀ ਦੀ ਬਰਸੀ ਜਿਹੜੀ ਆ 7 ਜਨਵਰੀ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਈ ਜਾ ਰਹੀ ਆ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਤਾਂ ਨੇ ਨਤਮਕ ਸੋਨਾ ਹਾਜ਼ਰੀਆਂ ਪਾਈਆਂ, ਲੰਗਰ ਬੇਇਤਿਹਾਸ ਚੱਲਣਿਆ। ਵਾਹਿਗੁਰੂ ਜੀ ਕਾ ਖਾਲਸਾ। ਸਭ ਸੰਗਤਾਂ ਨੂੰ ਬੇਨਤੀ ਆ ਕਿ ਆਓ ਹੁੰਮ ਹੁਮਾ ਕੇ ਬਾਬਾ ਜੀ ਦੇ ਤਪਸਾਨ 'ਤੇ ਹਾਜ਼ਰੀਆਂ ਭਰੀਏ, ਨਤਮਕ ਹੋਈਏ, ਆਪਣੀਆਂ ਮਨੋਕਾਮਨਾ ਪੂਰੀਆਂ ਕਰੀਏ। ਇਹ ਜੋ ਆ ਲੱਜ ਬਾਲਟੀ, ਇਹਦੇ ਨਾਲ ਬਾਲਟੀ ਬਣਦੀ ਸੀ ਅਤੇ ਉਹ ਪਾਣੀ ਕੱਢਣ ਨੂੰ ਰੱਸਾ ਵੀ ਹੁੰਦਾ ਸੀਗਾ। ਲੱਜ ਜਿਹਨੂੰ ਕਹਿੰਦੇ ਆ, ਖੂਹਾਂ 'ਚੋਂ ਪਾਣੀ ਕੱਢ ਕੇ ਨਾ ਆਹ ਜਿਹੜੇ ਘੜੇ ਆ, ਆਹ ਘੜੇ ਲੱਗ ਕੇ ਅਤੇ ਮੋਢੇ ਰੱਖਣੇ, ਆਹ ਜਿਹੜੀ ਰੱਸੀ ਏਡਾ ਫੜਦੇ ਹੁੰਦੇ ਸੀ ਇਸ ਤਰ੍ਹਾਂ ਪਕੜ ਕੇ, ਅਤੇ ਜਾਨਵਰਾਂ ਨੂੰ ਪਾਣੀ ਜਿੱਥੇ ਜਿੱਥੇ ਵੀ ਗਰਮੀਆਂ 'ਚ ਹਾਲੀ ਜਾਨਵਰ ਰਾਹੀ ਤੁਰੇ ਜਾਂਦੇ ਭੁੱਖੇ ਪਿਆਸੇ ਜਾਨਵਰਾਂ ਨੂੰ, ਆਹ ਦੇਖੋ ਉਹਨਾਂ ਦੇ ਹੱਸਦੇ ਆ ਆਹ ਘੜੇ ਸਾਰੇ, ਇਹ ਮੋਢੇ ਰੱਖ ਕੇ ਜੰਗਲਾਂ 'ਚ ਪਾਣੀ ਪਿਲਾਉਂਦੇ ਹੁੰਦੇ ਸੀ। ਹਾਂ ਆਹ ਜੋੜੇ ਦੇਖ ਲਓ ਉਹਨਾਂ ਦੇ, ਇਹ ਆਹ ਉਹਨਾਂ ਦੇ ਪੈਸੇ ਬਹੁਤ ਸਾਰੇ ਨਿਕਲੇ ਸੀਗੇ ਜਿਹੜੇ ਕਿ ਉਹਨਾਂ ਦੇ ਘੜਿਆਂ 'ਚੋਂ ਨਿਕਲੇ, ਜਿਹੜੇ ਭੁਰ ਗਏ ਰੱਖਿਓ ਵਿੱਚੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੈਸੇ ਜਿਹੜੇ ਆ ਆਹ ਨਿਕਲੇ ਉਹਨਾਂ ਦੇ, ਆਹ ਪਾ ਪੀਣ ਨੂੰ। ਹਾਂਜੀ ਆਹ ਜੋ ਕਿਸੇ ਨੇ ਦਿੱਤੀਆਂ ਆਹ ਗਾਗਰਾਂ ਉਹਨਾਂ ਦੇ ਟਾਈਮ ਦੀਆਂ, ਆਹ ਬਸਤਰ ਜਿਹੜੇ ਆ ਉਹਨਾਂ ਨੇ ਥੋੜ੍ਹੇ ਜਿਹੇ ਸਾਫ਼ ਕਰਕੇ ਇੱਦਾਂ ਰੱਖੇ ਆ, ਇਹ ਘੜਿਆਂ 'ਚ ਸਾਰਾ ਸਮਾਨ ਹੁੰਦਾ ਸੀਗਾ। ਹਾਂਜੀ ਹਾਂ ਪੈਸੇ ਜਿਹੜੇ ਆ ਬਹੁਤ ਸਾਰੇ ਉਹਨਾਂ ਦੇ ਘੜਿਆਂ 'ਚੋਂ ਨਿਕਲਦੇ ਸੀ, ਆਹ ਭੁਰ ਗਏ ਵਿੱਚ 1 ਰੁਪਈਆ 2 ਰੁਪਈਏ 5 ਰੁਪਈਏ 100 ਰੁਪਏ ਤੱਕ ਜੋ ਅੱਗੇ ਨੋਟ ਹੁੰਦੇ ਸੀ ਸਾਰੇ ਇਹ, ਹਾਂ ਇੱਦਾਂ ਦੇ ਆ ਦੇਖੋ ਜੋੜੇ ਥੱਲੇ ਪਾਉਂਦੇ ਸੀ, ਜੇ ਕੋਈ ਜੋੜੇ ਦਿੰਦਾ ਸੀਗਾ ਤਾਂ ਉਹ ਅੱਡੇ ਤੋੜ ਦਿੰਦੇ ਸੀ। ਹਾਂਜੀ ਅੱਡੀ ਫੇਰਣੀ ਅੱਡੀ ਫੇਰਣੀ ਤਾਂ ਫੇਰ ਪਾ ਦੇਣਾ। ਹਾਂਜੀ ਹਾਂ ਇਹ ਉਹਨਾਂ ਦੀ ਜੋ ਜੇ ਤੁਹਾਨੂੰ ਉਹਨਾਂ ਦੇ ਲੱਕੜਾਂ ਦੇ ਸੁਣਦੇ ਸੀ, ਆਹ ਹੁਣ ਤੁਹਾਨੂੰ ਉਹ ਵੀ ਦਿਖਾ ਦਈਏ, ਸਾਰੀਆਂ ਲੱਕੜਾਂ ਦੇ ਸੁੱਤੇ ਆਹ ਆਹ ਮੌਕੇ ਦੀਆਂ ਲੱਕੜਾਂ ਉਹੋ ਹੀ ਆ ਇਹ ਉਹਨਾਂ ਦੇ ਜਿੱਥੇ ਸੁਣਦੇ ਸੀ ਨਾ ਲੱਕੜਾਂ ਦੇ ਛਾਪੇ ਹੁੰਦੇ ਸੀ ਉੱਤੇ। ਹਾਂਜੀ ਅਤੇ ਇਹਦਾ ਹੁਣ ਅਸੀਂ ਚਲੋ ਮੁੰਡਿਆਂ ਨੇ ਆਪ ਬਣਾ ਲਿਆ, ਇਹ ਬੋਰੀਆਂ ਹੁੰਦੀਆਂ ਸੀ ਉਹ ਗਲ ਗਈਆਂ ਬਾਂਸ ਦੀਆਂ ਜਾਂ ਜਿੱਦਾਂ ਦੀਆਂ ਵਿਗੀਆਂ। ਹਾਂਜੀ ਇੱਦਾਂ ਸੁਣਦੇ ਸੀ ਉਹ, ਇਹ ਤਾਂ ਅਸੀਂ ਇਹ ਕਿੱਲਾ ਜ਼ਿਆਦਾ ਅਸੀਂ ਬਣਾ ਕੇ ਰੱਖੀ ਆ, ਉੱਧਰ ਅਸੀਂ ਚੱਕ ਬੈਠੇ ਹਾਂ ਜਿਹੜਾ ਅਸਲੀਅਤ ਉਹਨਾਂ ਦੀ ਸੀਗੀ, ਜੋ ਛਾਪੇ ਉੱਤੇ ਰੱਖੇ ਸੀ ਕੱਪੜੇ ਗਿੱਲੇ ਡਿਆਈਆਂ ਗਿੱਲੀਆਂ, ਮੀਂਹ ਵਿੱਚ ਇੱਦਾਂ ਬੈਠੇ ਰਹਿੰਦੇ ਹੁੰਦੇ ਸੀਗੇ ਬਰਸਾਤਾਂ ਵਿੱਚ, ਇੱਦਾਂ ਦੀ ਜ਼ਿੰਦਗੀ ਕੱਟੀ। ਨਾ ਉਹਨੇ ਬਹੁਤ ਖਾਣ ਲਈ ਕੀਤਾ, ਨਾ ਉਹਨੇ ਬਹੁਤਾ ਕੁਛ ਕਿਸੇ ਤੋਂ ਲੰਗਰ ਮੰਗਿਆ, ਜੇ ਕੋਈ ਦੇਗਾ ਫੁਲਕਾ ਖਾ ਲਿਆ, ਨਹੀਂ ਤਾਂ ਬਸ ਇੱਦਾਂ ਹੀ ਜਾਨਵਰਾਂ ਦੀ ਸੇਵਾ ਕਰਦੇ ਰਹੇ। ਉਸੇ ਤਰੀਕੇ ਨਾਲ ਹੁਣ ਜਿਹੜਾ ਮਹਾਰਾਜ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਬਾਤਰਾਂ ਵਿੱਚ ਜਿਹੜੀ ਸੰਗਤ ਆ ਉਹ ਲੰਗਰ ਪਾਈ ਜਾਂਦੀ ਆ। ਇਹ ਜਿਹੜਾ ਜਿੰਨਾ ਵੀ ਲੰਗਰ ਆ ਇਹ ਜਿਹੜੇ ਇੱਥੇ ਜਾਨਵਰ ਮੌਕੇ 'ਤੇ ਹੁੰਦੇ ਸੀਗੇ, ਕੁੱਤੇ ਬਿੱਲੇ ਜੋ ਵੀ ਹੁੰਦੇ ਸੀ ਉਹ ਜਿਹੜੇ ਆ ਉਹ ਆਪਣਾ ਪੇਟ ਪਾਲਦੇ ਆ, ਜਿੱਦਾਂ ਬਾਬਾ ਜੀ ਜਾਨਵਰਾਂ ਨੂੰ ਪਾਣੀ ਛਕਾਉਂਦੇ ਸੀ ਇਹ ਇਹ ਭੋਜਨ ਪਾਉਂਦੇ ਸੀਗੇ, ਉਸੇ ਤਰੀਕੇ ਨਾਲ ਹੁਣ ਇਹ ਪਹਿਲਾਂ ਹੁਣ ਤੱਕ ਪਰੰਪਰਾ ਚੱਲ ਰਹੀ ਆ। ਉੱਦਾਂ ਹੀ ਜਾਨਵਰ